ਸਤਿ ਸ਼੍ਰੀ ਅਕਾਲ ਜੀ, ਮੈਂ ਸੰਜੇ ਸ਼ਰਮਾ, ਰੋਜ਼ਾਨਾ ਆਰਥਿਕ ਅਤੇ ਬਿਜ਼ਨਸ ਖਾਸ ਦੇ ਸਮੂਹ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਰਾਜਕੁਮਾਰ ਅਟਵਾਲ ਜੀ, ਮੁੱਖ ਸੇਵਾਦਾਰ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਅਤੇ ਉਹਨਾਂ ਦੇ ਕੋਲ ਕਾਫੀ ਸੰਗਤ ਲਗਾਤਾਰ ਆਉਂਦੇ ਰਹਿੰਦੇ ਆ ਅਤੇ ਉਹਨਾਂ ਨਾਲ ਅਸੀਂ ਵਿਸ਼ੇਸ਼ ਮੁਲਾਕਾਤ ਕਰਨ ਜਾ ਰਹੇ ਹਾਂ। ਅਤੇ ਜਿਹੜਾ ਕਿ ਜੈ ਗੁੱਗਾ ਜਾਹਰ ਪੀਰ ਜੀ ਦਾ ਸਾਲਾਨਾ 22ਵਾਂ ਮੇਲਾ ਅਗਸਤ ਦੇ ਵਿੱਚ ਵੀ ਕਰਵਾਇਆ ਜਾ ਰਿਹਾ, ਉਸ ਰਿਗਾਰਡਿੰਗਸ ਵੀ ਕਾਫੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੇਵਾਂਗੇ ਅਤੇ ਸਾਡੇ ਚੈਨਲ 'ਤੇ ਇਹ ਲਾਈਵ ਵੀ ਚਲਾਇਆ ਜਾਏਗਾ। ਆਓ ਅਸੀਂ ਸਭ ਤੋਂ ਪਹਿਲਾਂ ਇਸ ਦਰਬਾਰ ਦੇ ਵਿੱਚ ਜਿਹੜੇ ਕਿ ਕੁਛ ਸੰਗਤ ਆਏ ਉਹਨਾਂ ਨਾਲ ਅਸੀਂ ਵਿਸ਼ੇਸ਼ ਮੁਲਾਕਾਤ ਕਰਦੇ ਹਾਂ। ਨਮਸਕਾਰ ਮੈਮ। ਨਮਸਕਾਰ। ਕੀ ਨਾਮ ਮੈਮ? ਸਰਬਜੀਤ ਕੌਰ। ਕਿੱਥੋਂ ਆਏ ਤੁਸੀਂ? ਮੈਂ ਆਵਾਦਪੁਰੇ ਤੋਂ। ਆਵਾਦਪੁਰੇ ਤੋਂ। ਕਿੱਦਾਂ ਤੁਹਾਨੂੰ ਇਸ ਜਗ੍ਹਾ ਦੇ ਬਾਰੇ ਪਤਾ ਲੱਗਿਆ ਜੀ? ਜਗ੍ਹਾ ਮੈਂ ਤਾਂ ਮਿਸ਼ਨ ਹੋਸਪਿਟਲ ਸੀਗੀ ਅਤੇ ਉੱਥੋਂ ਦੀ ਮਿਲ ਲੈ ਕੇ ਆਏ ਸੀਗੇ। ਕਿਹੜੇ ਦੀਦੀ? ਕੀ ਉਹ ਪਹਿਲੇ ਇੱਥੇ ਆਉਂਦੇ ਸੀਗਾ ਜਾਂ ਤੁਸੀਂ ਫਸਟ ਟਾਈਮ ਤੁਸੀਂ ਉਹਨਾਂ ਨੂੰ ਕਿਹਾ? ਨਹੀਂ, ਉਹ ਇੱਥੇ ਆਉਂਦੇ ਸੀ ਸੇਵਾ ਦਾ ਇੱਥੇ। ਅੱਛਾ, ਕੀ ਦਿੱਕਤ ਕੀ ਸੀਗੀ ਤੁਹਾਨੂੰ ਇੱਥੇ ਆਉਣਾ ਪਿਆ? ਮੈਨੂੰ ਪ੍ਰੋਬਲਮ ਬਹੁਤ ਸੀਗੀਆਂ। ਫਿਰ ਵੀ ਸਮਥਿੰਗ ਕੁਛ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਹਰ ਕਰਕੇ ਦੱਸੋ ਕੀ ਦਿੱਕਤ ਸੀਗਾ, ਕਿਸ ਕਰਕੇ ਇਹਨਾਂ ਦੇ ਦਰਬਾਰ 'ਚ ਪਹੁੰਚੇ ਤੁਸੀਂ? ਹਾਂਜੀ, ਮੈਨੂੰ ਪ੍ਰੋਬਲਮ ਬਹੁਤ ਸੀ, ਜਿੱਦਾਂ ਮੈਨੂੰ ਗਠੀਆ ਵੀ ਸੀਗਾ, ਥਾਇਰਡ ਵੀ ਸੀਗਾ। ਅੱਛਾ ਜੀ। ਫਿਰ ਮੇਰਾ ਸੋਡੀਆ ਵੀ ਸੀਗੀਆਂ, ਫਿਰ ਮੇਰਾ ਕੈਲੋਸਟ੍ਰੋਲ, ਜੀਐਸਆਰ ਅਤੇ ਗਿਲਟੀਆਂ ਵਗੈਰਾ ਵੀ ਸੀਗੀਆਂ ਜੀ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਉਂਦੇ ਹੋਏ ਇੱਥੇ? ਇੱਥੇ ਮੈਂ 16 ਅਗਸਤ ਨੂੰ ਆਈ ਸੀ। 16 ਅਗਸਤ, ਮਤਲਬ ਸਾਲ, ਇੱਕ ਸਾਲ ਹੋ ਲੱਗਾ। ਹਾਂਜੀ, ਇੱਕ ਸਾਲ ਹੋ ਚੁੱਕਾ। ਅਤੇ ਇਹਦੇ 'ਚ ਤੁਸੀਂ ਜਦੋਂ ਹੁਣ ਤੁਸੀਂ ਕਾਫੀ ਸਾਰੀਆਂ ਬਿਮਾਰੀਆਂ ਸਾਨੂੰ ਗਿਣਾਈਆਂ, ਪਰ ਇਹਨਾਂ 'ਚ ਤੁਹਾਨੂੰ ਕਿੱਦਾਂ ਰਾਹਤ ਮਿਲੀ ਹੈ? ਕੁਛ ਸਮਥਿੰਗ ਹਜੇ ਵੀ ਤੁਹਾਨੂੰ ਅੰਦਰ ਮਹਿਸੂਸ ਹੋ ਰਿਹਾ ਵਾ? ਨਹੀਂ, ਹੁਣ ਮੈਨੂੰ ਅੱਗੇ ਨਾਲ ਬਹੁਤ ਫਰਕ ਆ। ਮੈਂ ਕੋਈ ਮੈਡੀਸਿਨ ਨਹੀਂ ਲੈ ਰਹੀ ਜਦੋਂ ਮੈਂ ਇੱਥੇ ਆਈ ਹਾਂ। ਪਹਿਲਾਂ ਮੈਂ ਬਹੁਤ ਮੈਡੀਸਿਨ ਲੈਂਦੀ ਸੀ, ਮੈਂ ਤੀਜੇ ਦਿਨ ਡਾਕਟਰ ਚੇਂਜ ਕਰਦੀ ਸੀ। ਅੱਛਾ। ਇਹ ਪ੍ਰੋਬਲਮ ਮੈਨੂੰ ਤੀਜੇ ਦਿਨ ਕੁਛ ਕੁਛ ਹੁੰਦਾ ਸੀ, ਕਦੇ ਕੁਛ ਹੁੰਦਾ ਸੀਗਾ। ਡਾਕਟਰਾਂ ਨੇ ਜਵਾਬ ਹੀ ਦਿੱਤਾ ਹੋਇਆ ਸੀਗਾ ਅਤੇ ਮੈਨੂੰ ਵੀ ਲੱਗਦਾ ਸੀ ਕਿ ਮੈਂ ਬਚਦਾ ਨਹੀਂ ਹੈਗਾ ਜੀ। ਇੱਥੇ ਦੇ ਬਾਬਾ ਜੀ ਜਿਹੜੇ ਰਾਜੂ ਅਟਵਾਲ ਜੀ, ਕੀ ਤੁਹਾਡੇ ਕੋਲ ਕੁਛ ਸੇਵਾ ਮਾਇਆ ਵੀ ਲੈਂਦੇ ਆ ਕੁਛ ਫ੍ਰੀ ਆਫ ਕੋਸਟ? ਨਹੀਂ ਨਹੀਂ, ਮਾਇਆ ਕੁਛ ਨਹੀਂ ਵਗੈਰਾ, ਸਗੋਂ ਰੁਟਾਰਾਂ ਨੇ ਮੇਰੀ ਮਦਦ ਬਹੁਤ ਕੀਤੀ ਹੋਈ ਹੈ। ਅੱਛਾ ਜੀ। ਅਤੇ ਹਾਂਜੀ, ਜਿੱਦਾਂ ਕਾਫੀ ਮੇਰੀ ਮਦਦ ਕੀਤੀ ਇਹਨਾਂ ਦੇ ਦਰਬਾਰ 'ਤੇ, ਇੱਥੋਂ ਮੇਰੀ ਜ਼ਿੰਦਗੀ ਹੋਈ ਹੈ। ਅੱਛਾ ਜੀ। ਹਾਂਜੀ, ਅਤੇ ਕੀ ਮਤਲਬ ਕਿ ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਮਹਿਸੂਸ ਹੋਇਆ ਕਿ ਜਦੋਂ ਅਸੀਂ ਆਉਂਦੇ ਹਾਂ ਸਾਨੂੰ ਪਹਿਲੇ ਦਿਨ ਆਉਂਦਾ ਵਾ, ਤੁਹਾਨੂੰ ਪਹਿਲੇ ਦਿਨ ਕਿੱਦਾਂ ਦਾ ਲੱਗਿਆ ਸੀ? ਹਾਲਤ ਨਾ ਬਹੁਤ ਖਰਾਬ ਸੀ, ਜਿੱਦਾਂ ਮੈਨੂੰ ਕੁਛ ਪਤਾ ਨਹੀਂ ਸੀਗਾ, ਕਾਫੀ ਜਿਹੜੀ ਕਿ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਬੈਠੀ, ਸੁਣ ਕੇ ਇੱਦਾਂ ਸੀ ਮਨ 'ਚ ਕਿ ਮੈਂ ਬਚਣਾ ਨਹੀਂ ਹੈਗਾ। ਅੱਛਾ ਜੀ। ਅਤੇ ਜਿੱਦਾਂ ਮੈਨੂੰ ਪੋਤਰ ਨੂੰ ਵੀ ਤਾਂ ਲੱਗਦਾ ਸੀ ਕਿ ਮੈਂ ਬਸ ਇੱਕ ਦੋ ਦਿਨੇ ਕੱਢਣੇ ਆ। ਅੱਛਾ ਜੀ। ਫਿਰ ਇੱਥੇ ਆਈ, ਫਿਰ ਇਹਨਾਂ ਟ੍ਰੀਟਮੈਂਟ ਕੀਤਾ, ਨੀਂਦ ਵੀ ਨਹੀਂ ਸੀ ਮੈਨੂੰ ਆਉਂਦੀ ਹੁੰਦੀ, ਰਾਤ ਨੂੰ ਗੋਲੀਆਂ ਖਾ ਕੇ ਉਹਨਾਂ ਵੀ ਦਵਾਈ ਦਿੱਤੀ ਸੀ? ਨਹੀਂ ਨਹੀਂ, ਮੈਡੀਸਿਨ ਮੈਨੂੰ ਕੋਈ ਨਹੀਂ ਦਿੱਤੀ, ਮੈਂ ਇੱਥੇ ਜਦੋਂ ਮੈਂ ਆਈ ਸੀ ਨਾ ਤਾਂ ਉਲਟਾ ਇਹਨਾਂ ਨੇ ਮੈਡੀਸਿਨ ਸਟਾਈਆਂ ਸੀ। ਅੱਛਾ ਜੀ। ਹਾਂਜੀ। ਅਤੇ ਕੀ ਬਾਬਾ ਜੀ ਦੇ ਮਤਲਬ ਕਿ ਗੱਲਬਾਤ ਕਰਨ ਤੋਂ ਕਿੱਦਾਂ ਲੱਗਾ ਬਾਬਾ ਜੀ? ਕਿੱਦਾਂ ਦਾ ਜਦੋਂ ਤੁਸੀਂ ਫਸਟ ਟਾਈਮ ਗੱਲ ਕੀਤੀ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਕਿ ਬਾਬਾ ਜੀ ਸਹੀ ਨੇ ਜਾਂ ਕੁਛ ਗਲਤ ਰਾਹ 'ਤੇ ਲੈ ਕੇ ਜਾ ਰਹੇ ਨੇ? ਨਹੀਂ ਨਹੀਂ, ਬਿਲਕੁਲ ਸਹੀ ਸੀ, ਗਲਤ ਰਾਹ 'ਤੇ ਨਹੀਂ ਲੈ ਗਿਆ, ਸੂਟ ਦਾ ਮੈਨੂੰ ਸਾਰਾ ਸਹੀ ਕੀਤਾ ਪੂਰਾ ਟ੍ਰੀਟਮੈਂਟ ਮੇਰਾ, ਕਿੱਦਾਂ ਜੋ ਵੀ ਹੋਇਆ ਤੁਹਾਡਾ। ਅੱਛਾ। ਮੈਨੂੰ ਕਾਫੀ ਰਿਲੀਫ ਆ, ਜਦੋਂ ਮੈਂ ਤੁਹਾਨੂੰ ਸੀ ਮੈਂ ਖਾਂਦੀ ਵੀ ਨਹੀਂ ਸੀ ਕੁਛ, ਅਤੇ ਮੈਂ ਐਪਲ ਖਾਂਦੀ ਸੀ ਉਹ ਵੀ ਮੇਰੀ ਪੇਨ ਹੁੰਦੀ ਸੀ, ਅਤੇ ਜਿੱਦਾਂ ਮੈਂ ਇੱਥੇ ਆਈ ਸੀ ਉਹ ਵੀ ਮੈਂ ਮਨ 'ਚ ਬਣਾਇਆ ਸੀ ਕਿ ਮੇਰੇ ਨਾ ਪੇਨ ਬਹੁਤ ਹੁੰਦੀ ਹੈ ਅਤੇ ਮੈਂ ਖਾਣਾ ਛੱਡ ਦੇਣਾ। ਜਦੋਂ ਮੈਂ ਇੱਥੇ ਆਈ ਸੀ ਇੱਥੇ ਤੱਕ ਮੈਨੂੰ ਫਿਰ ਇਹਨਾਂ ਨੇ ਕੀਤਾ, ਮੈਨੂੰ ਉੱਧਰ ਹੀ ਭੁੱਖ ਮਹਿਸੂਸ ਹੋਈ, ਫਿਰ ਮੈਂ ਉੱਥੇ ਐਪਲ ਲੈ ਕੇ ਖਾਧਾ, ਅਤੇ ਉਸ ਤੋਂ ਬਾਅਦ ਫਿਰ ਮੈਂ ਤੀਜੇ ਚੌਥੇ ਰੋਟੀ ਖਾਣ ਲੱਗ ਪਈ। ਕਿੰਨੇ ਸਾਲ ਹੋ ਗਏ? ਮੇਰੀ 39। ਪਰਿਵਾਰ ਮੈਂਬਰ ਕਿੰਨੇ ਹੋ ਗਏ? ਪਰਿਵਾਰ ਸਾਡੀ ਜੁਆਇੰਟ ਫੈਮਿਲੀ ਵੈਸੇ ਤਾਂ। ਅੱਛਾ। ਤੁਸੀਂ ਸਾਡੇ ਦਰਸ਼ਕਾਂ ਨੂੰ ਕੁਛ ਕਹਿਣਾ ਚਾਹੋਗੇ ਆਪਣੇ ਵੱਲੋਂ ਕਿ ਲਗਾਤਾਰ ਤੁਸੀਂ ਆ ਰਹੇ ਹੋ, ਤੁਹਾਨੂੰ ਕਾਫੀ ਰਿਲੀਫ ਮਿਲਿਆ ਤੇ ਆ ਕੇ ਕੀ ਕਹਿਣਾ ਚਾਹੋਗੇ? ਹਾਂਜੀ, ਜੇ ਆਉਣਾ ਚਾਹੀਦਾ ਕਿਸੇ ਨੂੰ, ਕਿਸੇ ਨੂੰ ਜਿੱਦਾਂ ਡਾਕਟਰ ਨੇ ਜਿਹੜਾ ਦਿੱਤਾ ਹੋਇਆ ਇਲਾਜ ਨਹੀਂ ਕਰ ਸਕਦੇ, ਉਹ ਵੀ ਇਲਾਜ ਇਹਨਾਂ ਕੋਲ ਹੈਗਾ। ਦਰਬਾਰ ਚ ਜਿਹੜੀ ਕਿ ਸੰਗਤ ਲਗਾਤਾਰ ਇੱਕ ਸਾਲ ਤੋਂ ਆ ਰਹੇ ਤੇ ਉਹਨਾਂ ਨੂੰ ਕਾਫੀ ਮਿਲੇ, ਸੋ ਅਸੀਂ